ਦੇਖੋ ਜਗ ਦੇ ਰੌਣਕ ਮੇਲੇ ਵੇਖੋ ਜਗ ਦੇ ਰੌਣਕ ਮੇਲੇ ਕੁਝ ਖੇਡਣ ਆਉਂਦੇ ਕੁਝ ਖੇਡ ਕੇ ਜਾਂਦੇ ਹੈ ਸਾਡੇ ਦਿਲਾਂ ਨੂੰ ਸਰੂਰ ਮਿਲਦਾ ਹੈ ਜਿਹੜਾ ਵੀ ਆਉਂਦਾ ਹੈ ਰੱਬ ਦੇ ਦੁਆਰੇ ਉਹਨੂੰ ਕੁਛ ਨਾ ਕੁਛ ਜ਼ਰੂਰ ਮਿਲਦਾ ਹੈ ਸਤਿ ਸ਼੍ਰੀ ਅਕਾਲ ਓਮ ਸ਼ਾਂਤੀ ਖੁਸ਼ੀਆਂ ਖੇੜੇ ਸਾਡੇ ਵਿਹੜੇ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜਿਵੇਂ ਕਿ ਪਿਛਲੀ ਕੜੀ ਦੇ ਵਿੱਚ ਅਸੀਂ ਸੁਸ਼ਮਾ ਦੀਦੀ ਤੋਂ ਸ਼ਿਵਰਾਤਰੀ ਦੇ ਮਹੱਤਵ ਦੇ ਬਾਰੇ ਅਤੇ ਪਰਮਾਤਮਾ ਦੇ ਆਵਤਰਣ ਦੇ ਬਾਰੇ ਪਤਾ ਕੀਤਾ ਸੀ ਅਤੇ ਅਸੀਂ ਇਸ ਕੜੀ ਨੂੰ ਅੱਗੇ ਵਧਾਉਂਦੇ ਹੋਏ ਅੱਜ ਅਸੀਂ ਪੁੱਛਾਂਗੇ ਕਿ ਪਰਮਾਤਮਾ ਕਿੱਥੇ ਰਹਿੰਦਾ ਹੈ ਔਰ ਉਹਦੇ ਕੀ ਕਰਤੱਵ ਨੇ ਅਤੇ ਸਾਡੇ ਨਾਲ ਨੇ ਸੁਸ਼ਮਾ ਦੀਦੀ ਦੀਦੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਥੈਂਕ ਯੂ ਅਤੇ ਦੀਦੀ ਅਸੀਂ ਪਿਛਲੀ ਕੜੀ ਦੇ ਵਿੱਚ ਜਾਣਿਆ ਸ਼ਿਵਰਾਤਰੀ ਦਾ ਕੀ ਮਹੱਤਵ ਹੈ ਅਤੇ ਤੁਸੀਂ ਦੱਸਿਆ ਕਿ ਜਿਹੜਾ ਪਰਮਾਤਮਾ ਹੈ ਉਹ ਨੂਰ ਹੈ ਉਹ ਜੋਤੀ ਹੈ ਅਤੇ ਪਰ ਹੁਣ ਤੁਸੀਂ ਇਹ ਦੱਸੋ ਵੀ ਪਰਮਾਤਮਾ ਰਹਿੰਦਾ ਕਿੱਥੇ ਹੈ ਕਦੇ ਤਾਂ ਅਸੀਂ ਉਹਨੂੰ ਗੁਰਦੁਆਰਿਆਂ 'ਚ ਲੱਭਦੇ ਫਿਰਦੇ ਹਾਂ ਕਦੀ ਮੰਦਰਾਂ ਵਿੱਚ ਲੱਭਦੇ ਫਿਰਦੇ ਆ ਉਹ ਕਿੱਥੇ ਰਹਿੰਦਾ ਹੈ ਇਹ ਗੱਲ ਤੇ ਤੁਹਾਡੀ ਬਿਲਕੁਲ ਸੱਚੀ ਹੈ ਹਾਂਜੀ ਪਰ ਇਸੇ ਕਰਕੇ ਕਿਹਾ ਗਿਆ ਉੱਚਾ ਤੇਰਾ ਨਾਂ ਉੱਚਾ ਤੇਰਾ ਠਾਉਂ ਜੇ ਕੋਈ ਇਨਸਾਨ ਦੁਖੀ ਹੁੰਦਾ ਬੜਾ ਪਰੇਸ਼ਾਨ ਹੋ ਜਾਂਦਾ ਤਾਂ ਵੀ ਕਹਿੰਦਾ ਉਹ ਉੱਪਰ ਵਾਲਾ ਹੀ ਸਾਰੀਆਂ ਗੱਲਾਂ ਜਾਣਦਾ ਹੈ ਜੀ ਅਸੀਂ ਤਾਂ ਕਿਸੇ ਨੂੰ ਨਹੀਂ ਜਾਣਦੇ ਹਾਂ ਇਹ ਕੋਈ ਨਹੀਂ ਕਹਿੰਦਾ ਵੀ ਨੀਚੇ ਵਾਲਾ ਜਾਂਦਾ ਜਾਂ ਆਜੂ ਬਾਜੂ ਵਾਲਾ ਜਾਂਦਾ ਇਹ ਵੀ ਨਹੀਂ ਕਹਿੰਦੇ ਕਿ ਕਣ ਕਣ ਵਾਲਾ ਜਾਂਦਾ ਹਾਂ ਨਾ ਕਹਿੰਦੇ ਜੀ ਉੱਪਰ ਵਾਲਾ ਕੋਈ ਕਹਿੰਦਾ ਜੀ ਉਹ ਨੀਲੀ ਛਤਰੀ ਵਾਲਾ ਹੀ ਜਾਂਦਾ ਹੈ ਆਰਤੀ ਚ ਵੀ ਕਹਿੰਦੇ ਆ ਪਾਰ ਬ੍ਰਹਮ ਪਰਮੇਸ਼ਵਰ ਤੂੰ ਸਭ ਦਾ ਸਵਾਮੀ ਇਸਦਾ ਮਤਲਬ ਇਹ ਹੈ ਕਿ ਪਰਮਾਤਮਾ ਜ਼ਰੂਰ ਕਿਤੇ ਹੋਰ ਰਹਿੰਦਾ ਉੱਚਾ ਤੇਰਾ ਨਾਂ ਉੱਚਾ ਤੇਰਾ ਠਾਂ ਉਹ ਉਹਦਾ ਠਿਕਾਣਾ ਕਿਹੜਾ ਹੈ ਇਹ ਸ੍ਰਿਸ਼ਟੀ ਚ ਸਾਰਾ ਮਨੁੱਖ ਰਹਿੰਦੇ ਆ ਔਰ ਮਨੁੱਖ ਪਰਮਾਤਮਾ ਨੂੰ ਯਾਦ ਕਰਦਾ ਹੈ ਜਦੋਂ ਯਾਦ ਕਰਦਾ ਹੈ ਤਾਂ ਮੈਂ ਤੁਹਾਨੂੰ ਕਿਹਾ ਸੀ ਕਿ ਪਰਮਾਤਮਾ ਨੂੰ ਅਸੀਂ ਕਿੱਦਾਂ ਦੇਖ ਸਕਦੇ ਹਾਂ ਸਾਡੀਆਂ ਜਿਹੜੀਆਂ ਫੀਲਿੰਗਸ ਹੈ ਮੈਂ ਹੁਣੇ ਰੱਬ ਨੂੰ ਯਾਦ ਕੀਤਾ ਮੈਨੂੰ ਇੱਦਾਂ ਫੀਲ ਹੋ ਰਿਹਾ ਹੈ ਕਿ ਰੱਬ ਮੇਰੇ ਨਾਲ ਹੈ ਜੇ ਕੋਈ ਮੈਨੂੰ ਪੁੱਛੇ ਰੱਬ ਕਿੱਥੇ ਮੈਂ ਕਹਾਂਗੀ ਜੀ ਉਹ ਤਾਂ ਮੇਰੇ ਨਾਲ ਹੈ ਦੂਜੇ ਨੇ ਕੀ ਸਮਝਿਆ ਇਹਨਾਂ ਦੇ ਨਾਲ ਹੈ ਮਤਲਬ ਰੱਬ ਇੱਥੇ ਹੀ ਹੈ ਲੇਕਿਨ ਇਹ ਤੇ ਮੇਰੀ ਭਾਵਨਾ ਸੀ ਬੁੱਲੇ ਸ਼ਾਹ ਰੱਬ ਦਾ ਕੀ ਪਾਣਾ ਬਿਲਕੁਲ ਸਹੀ ਇਹੀ ਗੱਲ ਹੈ ਕਿ ਜਦੋਂ ਸਾਡਾ ਮਨ ਉਹਦੇ ਨਾਲ ਲੱਗ ਜਾਂਦਾ ਹੈ ਤਾਂ ਸਾਨੂੰ ਲੱਗਦਾ ਰੱਬ ਸਾਡੇ ਨਾਲ ਹੈ ਇਹ ਹੋ ਗਈ ਭਾਵਨਾ ਦੀ ਗੱਲ ਲੇਕਿਨ ਪ੍ਰਿੰਸੀਪਲ ਕੀ ਹੈ ਪ੍ਰਿੰਸੀਪਲੀ ਸਿਧਾਂਤਿਕ ਰੂਪ ਨਾਲ ਪਰਮਾਤਮਾ ਪਰਮ ਧਾਮ ਦਾ ਵਾਸੀ ਹੈ ਉਹ ਪਰਮ ਧਾਮ ਕੀ ਹੈ ਇਹ ਸ੍ਰਿਸ਼ਟੀ ਇਸ ਸੂਰਜ ਚੰਦ ਤੋਂ ਵੀ ਪਰੇ ਇੱਕ ਦੁਨੀਆ ਹੈ ਜਿੱਥੇ ਕੇਵਲ ਲਾਈਟ ਹੀ ਲਾਈਟ ਹੈ ਇਹ ਤਾਂ ਹੁਣ ਸਾਇੰਟਿਸਟ ਵੀ ਕਹਿਣ ਲੱਗ ਗਏ ਕਿ ਹਾਂ ਵੀ ਇੱਕ ਹੋਰ ਕੋਈ ਦੁਨੀਆ ਜਿੱਥੇ ਕੇਵਲ ਲਾਈਟ ਹੀ ਲਾਈਟ ਹੈ ਤਾਂ ਉਹ ਜਿਹੜੀ ਲਾਈਟ ਹੀ ਲਾਈਟ ਹੈ ਸੂਰਜ ਚੰਦ ਤੋਂ ਵੀ ਪਰੇ ਉਹ ਪਰਮ ਧਾਮ ਕਹਿਲਾਉਂਦਾ ਹੈ ਉਸਨੂੰ ਸ਼ਾਂਤੀ ਧਾਮ ਵੀ ਕਹਿੰਦੇ ਆ ਔਰ ਪਰਮਾਤਮਾ ਉਸ ਪਰਮ ਧਾਮ ਤੋਂ ਇਸ ਜ਼ਮੀਨ ਤੇ ਆਉਂਦਾ ਹੈ ਸੱਚਖੰਡ ਵੀ ਉਹਨੂੰ ਹੀ ਕਹਿੰਦੇ ਆ ਸੱਚਖੰਡ ਵਸੇ ਨਿਰੰਕਾਰ ਉਹ ਹੈ ਸੱਚਖੰਡ ਇਹ ਦੁਨੀਆ ਤੇ ਝੂਠਖੰਡ ਹੈ ਇੱਥੇ ਕਿੱਥੇ ਰੱਬ ਦਿਸਦਾ ਪਿਆ ਕਿਸੇ ਨੂੰ ਜੇ ਤੁਸੀਂ ਆਪਣੇ ਘਰ 'ਚ ਇੱਕ ਛੋਟਾ ਜਿਹਾ ਨੌਕਰ ਵੀ ਛੱਡ ਕੇ ਜਾਂਦੇ ਹੋ ਨਾ ਮੈਂ ਜਾ ਰਹੀ ਹਾਂ 2 ਘੰਟੇ ਲਈ ਤੂੰ ਘਰ ਦਾ ਧਿਆਨ ਰੱਖੀ ਜੇ ਪਿੱਛੋਂ ਕੋਈ ਆ ਰਿਹਾ ਉਹ ਉਸ ਨੌਕਰ ਤੋਂ ਵੀ ਡਰਦਾ ਹੈ ਨੌਕਰ ਦੀ ਗੱਲ ਛੱਡੋ ਜੇ ਤੁਸੀਂ ਘਰ ਆਪਣੇ ਕੁੱਤਾ ਵੀ ਬੰਨ ਗਏ ਹੋ ਨਾ ਤੇ ਉਹ ਆਉਣ ਵਾਲਾ ਡਰਦਾ ਹੈ ਕਿ ਅੰਦਰ ਕੋਈ ਹੈਗਾ ਇਸੇ ਲਈ ਕੁੱਤਾ ਹੈ ਔਰ ਤੁਸੀਂ ਸੋਚੋ ਜੇ ਰੱਬ ਸਾਡੇ ਸਾਰਿਆਂ 'ਚ ਹੋਵੇ ਫਿਰ ਇਨਸਾਨ ਇੰਨੇ ਗਲਤ ਕੰਮ ਕਿਉਂ ਕਰ ਰਿਹਾ ਹੈ ਬਿਲਕੁਲ ਫਿਰ ਇਨਸਾਨ ਅੱਜ ਕੀ ਖਾ ਪੀ ਰਿਹਾ ਅਸੀਂ ਗੁਰਦੁਆਰੇ 'ਚ ਜਾਂਦੇ ਹਾਂ ਮੰਦਿਰ ਜਾਂਦੇ ਹਾਂ ਚਰਚ 'ਚ ਜਾਂਦੇ ਹਾਂ ਕਦੀ ਅਸੀਂ ਰੱਬ ਦੇ ਅੱਗੇ ਤਾਮਸਿਕ ਚੀਜ਼ ਲੈ ਜਾਂਦੇ ਹਾਂ ਨਹੀਂ ਕਦੀ ਨਹੀਂ ਗੁਰਦੁਆਰੇ 'ਚ ਸਾਨੂੰ ਕੜਾ ਪ੍ਰਸ਼ਾਦ ਮਿਲਦਾ ਹੈ ਲੰਗਰ ਛਕਦੇ ਹੈ ਉਹ ਵੀ ਕਿੰਨਾ ਸਿੰਪਲ ਦਾਲ ਸਬਜ਼ੀ ਸਭ ਮਿਕਸ ਹੋਏਗਾ ਪਰ ਉਹਦੇ 'ਚ ਕੋਈ ਤਾਮਸਿਕ ਚੀਜ਼ ਨਹੀਂ ਹੋਏਗੀ
ਔਰ ਅਸੀਂ ਅੱਜ ਕੱਲ ਆਪਣੇ ਜੀਵਨ ਦੇ ਵਿੱਚ ਕੀ ਖਾ ਪੀ ਰਹੇ ਹਾਂ। ਤੇ ਪਰਮਾਤਮਾ ਜਿਹੜਾ ਸੱਚਖੰਡ ਵਿੱਚ ਰਹਿਣ ਵਾਲਾ ਹੈ, ਉਹੀ ਆ ਕੇ ਫਿਰ ਸੱਚਖੰਡ ਦੀ ਸਥਾਪਨਾ ਕਰਦਾ ਹੈ। ਤੇ ਦੀਦੀ ਫਿਰ ਇਹ ਲੋਕੀ ਕਿਵੇਂ ਕਹਿੰਦੇ ਆ ਵੀ ਪਰਮਾਤਮਾ ਸਾਡੇ ਸਾਰਿਆਂ ਦੇ ਵਿੱਚ ਪਰਮਾਤਮਾ ਹੈ, ਤੁਹਾਡੇ ਵਿੱਚ ਵੀ ਪਰਮਾਤਮਾ, ਮੇਰੇ ਵਿੱਚ ਵੀ ਪਰਮਾਤਮਾ? ਹੁਣ ਤੁਸੀਂ ਜੱਜ ਕਰੋ। ਹਾਂਜੀ, ਹੁਣ ਤੁਸੀਂ ਖੁਦ ਡਿਸਾਈਡ ਕਰੋ। ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਜੇ ਤੁਹਾਡੇ ਅੰਦਰ ਰੱਬ ਹੈ ਤਾਂ ਤੁਸੀਂ ਰੋ ਕਿਉਂ ਰਹੇ ਹੋ? ਤੁਸੀਂ ਦੁਖੀ ਕਿਉਂ ਹੋ? ਤੁਸੀਂ ਕਿਸੇ ਨੂੰ ਤੰਗ ਕਿਉਂ ਕਰ ਰਹੇ ਹੋ? ਤੁਸੀਂ ਗਾਲੀਆਂ ਕਿਉਂ ਕੱਢ ਰਹੇ ਹੋ? ਪਰਮਾਤਮਾ ਦਾ ਜਦੋਂ ਅਸੀਂ ਗੁਣਗਾਨ ਕਰਦੇ ਹਾਂ, ਉਹਦੀ ਜਿਹੜੇ ਮਹਿਮਾ ਕਰਦੇ ਹਾਂ, ਉਹਨੂੰ ਕਹਿੰਦੇ ਆ ਕੀਰਤਨ। ਅੱਜ ਕੀ ਹੈ ਸਾਡੇ ਘਰ? ਕੀਰਤਨ ਹੈ ਜੀ, ਸ਼ਬਦ ਹੈ। ਉਹ ਸ਼ਬਦ ਹੈ ਜਿਹੜਾ ਇਨਸਾਨ ਗਾਲੀਆਂ ਕੱਢਦਾ, ਸ਼ਬਦ ਤਾਂ ਉਹ ਵੀ ਹੈਗੇ, ਪਰ ਉਹਨੂੰ ਅਸੀਂ ਕਹਿੰਦੇ ਹਾਂ ਗਾਲੀਆਂ। ਤਾਂ ਜਿੱਥੇ ਕੇਵਲ ਅਸੀਂ ਰੱਬ ਨੂੰ ਯਾਦ ਕਰਦੇ ਹਾਂ, ਉਹ ਯਾਦ ਕਰਨ ਦੇ ਤਰੀਕੇ ਨੂੰ ਵੀ ਅਸੀਂ ਕੀਰਤਨ ਔਰ ਸ਼ਬਦ ਕਹਿੰਦੇ ਹਾਂ। ਬਿਲਕੁਲ ਸਹੀ। ਤੇ ਆਮ ਜੀਵਨ ਦੇ ਵਿੱਚ ਤੇ ਅਸੀਂ ਪਤਾ ਨੀ ਕੀ ਕੀ ਕਰਦੇ ਪਏ ਹਾਂ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਪਰਮਾਤਮਾ ਸਾਰਿਆਂ ਚ ਨਹੀਂ ਹੈ, ਇਹ ਸਾਰੀ ਸ੍ਰਿਸ਼ਟੀ ਤਾਂ ਕੂੜ ਖੰਡ ਹੈ। ਸੱਚਖੰਡ ਵਸੇ ਨਿਰੰਕਾਰ, ਉਹ ਪਰਮਾਤਮਾ ਉਸ ਪਰਮ ਧਾਮ ਸ਼ਾਂਤੀ ਧਾਮ ਵਿੱਚ ਰਹਿਣ ਵਾਲਾ ਹੈ ਔਰ ਕਲਯੁਗ ਦੇ ਅੰਤ ਵਿੱਚ ਇਸ ਦੁਨੀਆਂ ਚ ਆਉਂਦਾ ਹੈ। ਇਸੇ ਕਰਕੇ ਸ਼ਿਵਰਾਤਰੀ ਮਨਾਉਂਦੇ ਹੈ, ਸ਼ਿਵਰਾਤਰੀ ਉਸੇ ਦਾ ਯਾਦਗਾਰ ਹੈ। ਮੈਂ ਤੁਹਾਨੂੰ ਪਿਛਲੀ ਵਾਰ ਕਿਹਾ ਸੀ, ਕਈ ਲੋਕ ਸਮਝਦੇ ਸ਼ਿਵਰਾਤਰੀ ਤੇ ਕੀ ਹੋਇਆ ਸੀ, ਸ਼ਿਵ ਔਰ ਪਾਰਵਤੀ ਦਾ ਵਿਆਹ ਹੋਇਆ ਸੀ। ਤਾਂ ਕੋਈ ਇੱਕ ਪਾਰਵਤੀ ਦੀ ਗੱਲ ਨਹੀਂ ਹੈਗੀ, ਪਾਰਵਤੀ ਪਰੇ ਵਤਨ ਰਹਿਣ ਵਾਲੀ। ਜਿੱਦਾਂ ਕੋਈ ਸਾਡੇ ਪਿੰਡ ਦਾ ਰਹਿਣ ਵਾਲਾ ਆ ਜਾਏ, ਤੁਸੀਂ ਪੁੱਛੋ ਜੀ ਇਹ ਕੌਣ ਹੈ, ਅਸੀਂ ਕਹਿੰਦੇ ਹਾਂ ਇਹ ਤਾਂ ਜੀ ਸਾਡਾ ਵਤਨੀ ਹੈ, ਅਸੀਂ ਫਲਾਣੇ ਪਿੰਡ ਦੇ ਰਹਿਣ ਵਾਲੇ ਹਾਂ। ਤਾਂ ਇਹ ਸਰੀਰ ਤਾਂ ਸਾਨੂੰ ਇਸ ਦੁਨੀਆ ਚ ਮਿਲਦਾ ਹੈ ਔਰ ਇਹ ਸ਼ਕਤੀ ਆਤਮਾ ਇਸ ਸਰੀਰ ਨੂੰ ਇੱਥੇ ਹੀ ਛੱਡ ਕੇ ਜਾਂਦੀ ਹੈ ਔਰ ਫਿਰ ਕੋਈ ਦੂਸਰਾ ਜਨਮ ਲੈਂਦੀ ਹੈ। ਲੇਕਿਨ ਇਸ ਆਤਮਾ ਦਾ ਵੀ ਸੱਚਾ ਘਰ ਉਹ ਪਰਮ ਧਾਮ ਹੈ। ਇਹ ਉਸ ਪਰੇ ਵਤਨ ਤੋਂ ਇਸ ਪਰਾਏ ਦੇਸ਼ ਵਿੱਚ ਆਈ ਹੈ ਆਪਣਾ ਰੋਲ ਪਲੇ ਕਰਨ, ਰੋਲ ਪਲੇ ਕਰਨ। ਤੇ ਅਸੀਂ ਸਾਰੇ ਆਤਮਾ ਰੂਪ ਵਿੱਚ ਪਾਰਵਤੀ ਹਾਂ, ਪਰੇ ਵਤਨ ਚ ਰਹਿਣ ਵਾਲੀਆਂ। ਹਾਂ, ਜਿਵੇਂ ਕਿ ਗੁਰਬਾਣੀ ਦੇ ਵਿੱਚ ਵੀ ਇਹ ਲਾਈਨ ਆਉਂਦੀ ਹੈ, ਜੋ ਬ੍ਰਹਿਮੰਡੇ ਸੋਈ ਪਿੰਡੇ, ਹੈ ਨਾ। ਤੇ ਨੈਚੁਰਲ ਹੈ, ਇਸ ਚੀਜ਼ ਤੋਂ ਵੀ ਤੁਹਾਡੀ ਇਸ ਗੱਲ ਤੋਂ ਵੀ ਇਹ ਸਿੱਧ ਹੋ ਰਿਹਾ ਕਿ ਜਿਹੜੀ ਅਸੀਂ ਉੱਥੇ ਰਹਿੰਦੇ ਹਾਂ ਉੱਪਰ ਵਤਨ ਦੇ ਵਿੱਚ ਰਹਿੰਦੇ ਹਾਂ, ਉਹੀ ਇਸ ਧਰਤੀ ਤੇ ਕਰਮ ਖੇਤਰ ਦੇ ਵਿੱਚ, ਕਰਮ ਖੇਤਰ ਦੇ ਵਿੱਚ ਆਇਆ। ਇਹ ਸਰੀਰ ਰੂਪੀ ਸਾਨੂੰ ਜਿਹੜਾ ਹੈ ਵਸਤਰ ਲੈ ਕੇ, ਵਸਤਰ ਇੱਕ ਕੋਸਟਿਊਮ ਮਿਲਿਆ ਹੋਇਆ ਹੈ ਔਰ ਅਸੀਂ ਆਪਣਾ ਆਪਣਾ ਰੋਲ ਪਲੇ ਕਰ ਰਹੇ ਹਾਂ। ਲੇਕਿਨ ਆਤਮਾ ਉਸ ਪਰੇ ਵਤਨ ਦੀ ਰਹਿਣ ਵਾਲੀ ਹੈ। ਤੇ ਵਾਸਤਵ ਵਿੱਚ ਹਰ ਆਤਮਾ, ਚਾਹੇ ਇਸਤਰੀ ਹੈ ਚਾਹੇ ਪੁਰਸ਼ ਹੈ, ਹਰ, ਕਿਉਂਕਿ ਉਹ ਤਾਂ ਆਤਮਾ ਤਾਂ ਪੁਆਇੰਟ ਆਫ ਲਾਈਟ ਹੈ ਨਾ। ਬਿਲਕੁਲ। ਇਸ ਕਰਕੇ ਆਤਮਾ ਹੀ ਪਾਰਵਤੀ ਪਰੇ ਵਤਨ ਦੀ ਰਹਿਣ ਵਾਲੀ ਹੈ ਔਰ ਜਦੋਂ ਕਲਯੁਗ ਦੇ ਅੰਤ ਵਿੱਚ ਰੱਬ ਖੁਦ ਇਸ ਜ਼ਮੀਨ ਤੇ ਆਉਂਦੇ ਹੈ। ਸੱਚੀ ਰੱਬ ਆਉਂਦੇ ਹੈ? ਬਿਲਕੁਲ ਆਏ ਹੋਏ ਹੈ, ਆਉਂਦੇ ਹੀ ਨਹੀਂ, ਆਏ ਹੋਏ ਹੈ। ਇਹ ਤੁਹਾਡੇ ਲਈ ਖੁਸ਼ਖਬਰੀ ਹੈ। ਤੇ ਜੇ ਅਸੀਂ ਆਪਣਾ ਮਨ, ਆਪਣਾ ਦਿਲ ਦਿਮਾਗ ਉਹਦੇ ਚ ਲਗਾ ਲੈਂਦੇ ਹਾਂ ਤਾਂ ਸਾਡਾ ਪਾਰਵਤੀ, ਸਾਡਾ ਸੰਬੰਧ ਉਸ ਨਾਲ ਜੁੜ ਜਾਂਦਾ ਹੈ। ਉਹ ਕਹਿੰਦੇ ਆ ਪਾਰਵਤੀ ਦਾ ਵਿਆਹ ਹੋਇਆ, ਵਿਆਹ ਮਾਨਾ ਕੀ ਹੈ? ਸੰਬੰਧ ਨਾ। ਬਿਲਕੁਲ। ਤੁਸੀਂ ਆਪਣੇ ਬੱਚਿਆਂ ਦਾ ਵਿਆਹ ਕਰ ਵੀ, ਸਾਡੇ ਮੁੰਡੇ ਕੁੜੀ ਦਾ ਵਿਆਹ ਹੈ, ਸੰਬੰਧ, ਇੱਕ ਨਵਾਂ ਸੰਬੰਧ ਕਰ ਦਿੰਦੇ ਆ। ਇਹ ਆਤਮਾ ਔਰ ਪਰਮਾਤਮਾ ਦਾ ਜਿਹੜਾ ਸੰਬੰਧ ਜੁੜਦਾ ਹੈ, ਉਸਦੀ ਯਾਦਗਾਰ ਵਿੱਚ ਹੀ ਇਹ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਔਰ ਜਿਹੜਾ ਪਰਮਾਤਮਾ ਦਾ ਨਾਂ ਹੈ, ਉਹ ਉਸਦੇ ਗੁਣ ਔਰ ਕਰਤੱਵਯ ਦੇ ਆਧਾਰ ਤੇ ਹੈ। ਠੀਕ ਹੈ। ਜਿੱਦਾਂ ਪਰਮਾਤਮਾ ਨੂੰ ਕਹਿੰਦੇ ਹੈ ਸੋਮਨਾਥ। ਸੋਮ ਦਾ ਮਤਲਬ ਕੀ ਹੈ? ਸੋਮ ਮਤਲਬ ਹੈ ਅੰਮ੍ਰਿਤ। ਪਰਮਾਤਮਾ ਜਦੋਂ ਇਸ ਦੁਨੀਆਂ ਚ ਆਉਂਦੇ ਹੈ ਤੇ ਆ ਕੇ ਸਾਨੂੰ ਗਿਆਨ ਅੰਮ੍ਰਿਤ ਦਿੰਦੇ ਹੈ। ਆਤਮਾ ਦੀ ਪਿਆਸ ਗਿਆਨ ਅੰਮ੍ਰਿਤ ਨਾਲ ਬੁੱਝ ਜਾਂਦੀ ਹੈ ਔਰ ਆਤਮਾ ਅਮਰ ਹੋ ਜਾਂਦੀ ਹੈ। ਤੇ ਪਰਮਾਤਮਾ ਦਾ ਨਾਮ ਸੋਮਨਾਥ ਅਮਰਨਾਥ ਹੈ। ਬਿਲਕੁਲ ਠੀਕ। ਕਾਠਮਾਂਡੂ ਚ ਜੇ ਤੁਸੀਂ ਦੇਖਿਆ ਹੋਏ, ਉੱਥੇ ਬਹੁਤ ਬੜਾ ਬੜਾ ਉੱਚਾ ਸ਼ਿਵਲਿੰਗ ਬਣਿਆ ਹੋਇਆ ਹੈ। ਹਾਂਜੀ। ਔਰ ਉਸਨੂੰ ਪਸ਼ੂਪਤੀ ਨਾਥ ਕਹਿੰਦੇ ਹੈ। ਹਾਂਜੀ। ਪਸ਼ੂਪਤੀ ਨਾਥ ਮਨਾ ਕੋਈ ਜਾਨਵਰਾਂ ਦਾ ਪਰਮਾਤਮਾ ਨਹੀਂ। ਸੰਸਕ੍ਰਿਤ ਵਿੱਚ ਇੱਕ ਧਾਤੂ ਹੈ ਪਾਸ਼। ਪਾਸ਼ ਮਾਨਾ ਬੰਧਨ। ਜਦੋਂ ਇਨਸਾਨ ਅਨੇਕ ਪ੍ਰਕਾਰ ਦੇ ਬੰਧਨਾਂ ਚ ਬੰਧ ਜਾਂਦਾ, ਅੱਜ ਕੱਲ ਤੁਸੀਂ ਦੇਖੋ ਕਿੰਨੇ ਤਰ੍ਹਾਂ ਦੇ ਬੰਧਨ ਹੈ। ਕੋਈ ਆਦਤਾਂ ਤੋਂ ਮਜਬੂਰ ਹੈ, ਕੋਈ ਆਪਣੀਆਂ ਗੱਲਾਂ ਤੋਂ ਮਜਬੂਰ ਹੈ, ਕੋਈ ਆਪਣੇ ਰਿਸ਼ਤੇਦਾਰਾਂ ਤੋਂ ਮਜਬੂਰ ਹੈ, ਕੋਈ ਆਪਣੇ ਪੜੋਸੀਆਂ ਤੋਂ ਮਜਬੂਰ ਹੈ। ਹਰ ਚੀਜ਼ ਚ ਅੱਜ ਦਾ ਇਨਸਾਨ ਮਜਬੂਰ ਹੀ ਮਜਬੂਰ ਹੈ। ਜਾਨਵਰ ਦੀ ਤਰ੍ਹਾਂ, ਜਾਨਵਰ ਤੇ ਇੱਕ ਖੁੰਟੇ ਤੇ ਬੰਨਿਆ ਹੁੰਦਾ ਹੈ, ਅਸੀਂ ਪਤਾ ਨੀ ਕਿੰਨੇ ਖੁੰਟਿਆਂ ਤੇ ਬੰਨੇ ਹੋਏ ਆ। ਬਿਲਕੁਲ। ਤੇ ਜਦੋਂ ਪਰਮਾਤਮਾ ਇਸ ਦੁਨੀਆਂ ਚ ਆਉਂਦੇ ਹੈ ਤੇ ਆ ਕੇ ਆਤਮਾ ਨੂੰ ਇਹਨਾਂ ਸਾਰੇ ਖੁੰਟਿਆਂ ਤੋਂ ਸਵਤੰਤਰ ਕਰ ਦਿੰਦੇ ਆ। ਕਹਿੰਦੇ ਆ ਹੇ ਆਤਮਾ ਤੂੰ ਮਾਲਿਕ ਹੈ। ਬਿਲਕੁਲ।
ਇਹ ਜਿਹੜਾ ਸਰੀਰ ਹੈ ਇਹ ਘੋੜਾ ਹੈ ਅਸ਼ਵ ਹੈ, ਤੂੰ ਆਤਮਾ ਇਸਦੀ ਮਾਲਿਕ ਬਣ ਔਰ ਆਪਣੀ ਕਰਮ ਇੰਦਰੀਆਂ ਦੀ ਜਿਹੜੀ ਲਗਾਮ ਹੈ ਮਨ ਔਰ ਬੁੱਧੀ ਉਹ ਆਪਣੇ ਹੱਥ ਚ ਰੱਖ। ਜੇ ਕੋਈ ਘੋੜੇ ਤੇ ਬਹਿ ਜਾਏ ਪਰ ਲਗਾਮ ਉਹਦੇ ਹੱਥ ਚ ਨਾ ਹੋਏ ਤੇ ਤੁਸੀਂ ਸੋਚੋ ਉਸ ਬੰਦੇ ਦਾ ਕੀ ਹਾਲ ਹੋਏਗਾ। ਬਿਲਕੁਲ ਸਹੀ, ਅੱਜ ਕੱਲ ਇਨਸਾਨ ਦਾ ਇਹੀ ਹਾਲ ਹੈ, ਆਤਮਾ ਮਾਲਿਕ ਘੋੜੇ ਤੇ ਚੜੀ ਹੋਈ ਹੈ ਪਰ ਲਗਾਮ ਆਪਣੇ ਹੱਥ ਚ ਨਹੀਂ ਹੈ। ਇਸ ਕਰਕੇ ਅੱਜ ਕੱਲ ਸਾਰਿਆਂ ਦੇ ਹੀ ਫ੍ਰੈਕਚਰ ਹੋਏ ਹੋਏ ਆ, ਹੱਡੀਆਂ ਗੁੱਡੀਆਂ ਸਭ ਟੁੱਟੇ ਹੋਏ ਆ। ਬਿਲਕੁਲ ਸਹੀ, ਜੇ ਘੋੜੇ ਤੋਂ ਕੋਈ ਗਿਰ ਜਾਏ ਤੇ ਹੱਡ ਗੁੱਡ ਤੇ ਟੁੱਟਣਗੇ ਹੀ ਟੁੱਟਣਗੇ। ਕਹਿੰਦੇ ਜੀ ਸਾਡੀਆਂ ਹੱਡੀਆਂ ਕਮਜ਼ੋਰ ਹੈ, ਜਦੋਂ ਅਸੀਂ ਗੁਲਾਮ ਆ ਤੇ ਅਸੀਂ ਕਮਜ਼ੋਰ ਹੀ ਹੋਵਾਂਗੇ। ਹੁਣ ਪਰਮਾਤਮਾ ਇਹ ਕਹਿੰਦਾ ਹੈ ਆਪਣੇ ਸਵਰੂਪ ਨੂੰ ਇਮਰਜ ਕਰ, ਆਪਣੀ ਸਮ੍ਰਿਤੀ ਦਾ ਸਵਰੂਪ ਬਣ। ਤੂੰ ਕੇਵਲ ਇਹ ਸਰੀਰ ਨਹੀਂ ਹੈ, ਆਤਮਾ ਹੈ, ਜੋਤੀ ਹੈ। ਹਾਂ, ਜਿਵੇਂ ਕਿ ਉਹਦੇ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣਾ ਮੂਲ ਪਛਾਣ। ਬਿਲਕੁਲ ਸਹੀ ਗੱਲ ਤੁਸੀਂ ਕਹੀ ਹੈ, ਮੈਂ ਆਤਮਾ ਜੋਤੀ। ਹਾਂ, ਔਰ ਉਸ ਜੋਤੀ ਸਵਰੂਪ ਪਰਮਾਤਮਾ ਦੀ ਸੰਤਾਨ। ਇਸ ਸਵਰੂਪ ਨੂੰ ਇਮਰਜ ਕਰੋ। ਬਾਹਰੋਂ ਤਾਂ ਅਸੀਂ ਕਿੰਨਾ ਵੀ ਮੇਕਅਪ ਕਰ ਲਈਏ, ਹੁਣ ਮੇਰਾ ਮੂਡ ਤੇ ਚੰਗਾ ਨਹੀਂ ਹੈ ਤੇ ਉਹ ਮੇਕਅਪ ਕਿੱਦਾਂ ਦਾ ਲੱਗੇਗਾ? ਬਿਲਕੁਲ, ਕਿਸੇ ਇਨਸਾਨ ਦਾ ਜਦੋਂ ਮੂਡ ਖਰਾਬ ਹੋ ਜਾਂਦਾ ਨਾ, ਕਿੰਨਾ ਸੋਹਣਾ ਮੇਕਅਪ ਹੋਏ, ਸੋਹਣੇ ਜੇ ਕੱਪੜੇ, ਅੱਛਾ ਲੱਗਦਾ, ਫਿਰ ਉਹ ਕਹਿੰਦਾ ਮੈਂ ਕੁਛ ਨਹੀਂ, ਮੈਂ ਇਹ ਪਾਣਾ ਹੀ ਨਹੀਂ ਹੈ, ਹਟਾਓ ਸਾਰਾ। ਤੇ ਦੀਦੀ ਮੈਨੂੰ ਇਹ ਦੱਸੋ ਕਿ ਪਰਮਾਤਮਾ ਕਿਵੇਂ ਆਇਆ? ਤੁਸੀਂ ਕਹਿ ਰਹੇ ਹੋ ਵੀ ਪਰਮਾਤਮਾ ਆ ਚੁੱਕਿਆ ਹੈ, ਉਹ ਪਰਮਾਤਮਾ ਨੂੰ ਇੱਥੇ ਆਉਣ ਦੀ ਕੀ ਲੋੜ ਹੈ ਤੇ ਉਹ ਕਿਵੇਂ ਆਇਆ ਹੋਇਆ? ਪਰਮਾਤਮਾ ਦੇ ਆਉਣ ਦੀ ਲੋੜ ਤੇ ਹੈਗੀ, ਕਿਉਂਕਿ ਇਹ ਜਿਹੜਾ ਹੁਣ ਇੰਨਾ ਵੱਡਾ ਸ੍ਰਿਸ਼ਟੀ ਰੂਪੀ ਮਕਾਨ ਹੈ, ਹਾਂਜੀ, ਇਹ ਤੇ ਚਾਰੋਂ ਤਰਫੋਂ ਜੇ ਤੁਸੀਂ ਦੇਖੋ ਇਹ ਗਿਰ ਹੀ ਰਿਹਾ ਹੈ। ਨਾ ਤੇ ਅੱਜ ਧਰਮ ਹੈ, ਧਰਮ ਅਧਰਮ ਹੋ ਗਏ। ਅਸੀਂ ਇਨਸਾਨ ਸਿਰਫ ਕਰਮ ਕਾਂਡ ਵਿੱਚ ਹੀ ਫਸ ਗਏ। ਬਿਲਕੁਲ ਬਿਲਕੁਲ, ਪੈਸਾ ਦੇਖ ਲਓ ਤੁਸੀਂ, ਕਹਿੰਦੇ ਆ ਜੀ ਬਲੈਕ ਮਨੀ ਹੈ, ਵਾਈਟ ਮਨੀ ਪਤਾ ਨੀ ਕਿੱਥੇ ਗਿਆ। ਫਿਰ ਇਨਸਾਨ ਬੰਧਨਾਂ ਚ ਫਸਿਆ ਹੋਇਆ, ਇੱਛਾ ਦਾ ਗੁਲਾਮ ਹੈ, ਗੁਲਾਮ ਹੈ, ਧਰਮ ਅਰਥ ਕਾਮ ਮੋਕਸ਼। ਹਾਂ, ਸਾਡੇ ਚਾਰੋਂ ਦੇ ਚਾਰੋਂ ਪਿੱਲਰ ਹਿੱਲੇ ਹੋਏ ਆ। ਜੇ ਹੁਣ ਨਹੀਂ ਰੱਬ ਆਏਗਾ ਤੇ ਕਦੋਂ ਆਏਗਾ? ਕਿਉਂਕਿ ਇਹ ਮਕਾਨ ਤਾਂ ਹੁਣ ਗਿਰਨ ਵਾਲਾ, ਢਹਿਣ ਵਾਲਾ, ਤੇ ਰੱਬ ਆਂਦਾ ਕਿਵੇਂ? ਹੁਣ ਇਹ ਗੱਲ ਸਮਝਣ ਦੀ ਹੈ, ਪਰਮਾਤਮਾ ਜੋਤੀ ਸਵਰੂਪ ਹੈ। ਕਈ ਲੋਕ ਇਹ ਸੋਚਦੇ ਆ ਦੁਨੀਆਂ ਬਦਲਣੀ ਹੈ ਫਿਰ ਤੇ ਪਰਮਾਤਮਾ ਤੇ ਆਪਣੇ ਆਪ ਕੁਛ ਵੀ ਚਮਤਕਾਰ ਕਰ ਸਕਦਾ ਹੈ, ਇੱਥੇ ਆਉਣ ਦੀ ਕੀ ਲੋੜ ਹੈ? ਇੱਥੇ ਆਉਣ ਦੀ ਕੀ ਲੋੜ ਹੈ? ਬਿਲਕੁਲ, ਲੇਕਿਨ ਪਹਿਲੀ ਗੱਲ ਇਹ ਸਮਝਣੀ ਹੈ ਪਰਿਵਰਤਨ ਕਿਸ ਦਾ ਕਰਨਾ ਹੈ, ਟ੍ਰਾਂਸਫਰਮੇਸ਼ਨ ਕਿੱਥੇ ਚਾਹੀਦੀ ਹੈ, ਚੇਂਜ ਕਿੱਥੇ ਚਾਹੀਦੀ ਹੈ? ਚੇਂਜ ਇਨਸਾਨ ਵਿੱਚ ਚਾਹੀਦੀ ਹੈ। ਇਨਸਾਨ ਕੇਵਲ ਇਹ ਹੱਡੀ ਮਾਸ ਦਾ ਨਾਂ ਨਹੀਂ ਹੈ, ਹੱਡੀ ਮਾਸ ਦੇ ਨਾਲ ਜਦੋਂ ਆਤਮਾ ਹੈ ਤਾਂ ਉਹ ਇਨਸਾਨ ਹੈ। ਪਰਿਵਰਤਨ ਇਨਸਾਨ ਦਾ ਚਾਹੀਦਾ ਹੈ, ਆਤਮਾ ਦਾ ਚਾਹੀਦਾ ਹੈ। ਤੇ ਆਤਮਾ ਸੁਣਦੀ ਕਿੱਦਾਂ ਹੈ? ਜਦੋਂ ਕੰਨਾਂ ਨਾਲ, ਦੇਖਦੀ ਕਿੱਦਾਂ ਹੈ? ਅੱਖਾਂ ਨਾਲ, ਬੋਲਦੀ ਕਿੱਦਾਂ ਹੈ? ਮੂੰਹ ਨਾਲ, ਮਹਿਸੂਸ ਕਿੱਦਾਂ ਕਰਦੀ ਹੈ? ਸਕਿਨ ਨਾਲ। ਬਿਲਕੁਲ ਸਹੀ ਕਹਿ ਰਹੇ, ਪਰਮਾਤਮਾ ਵੀ ਜਦੋਂ ਇਸ ਜ਼ਮੀਨ ਤੇ ਇਸ ਤਰ੍ਹਾਂ ਰੂਪ ਲੈ ਕੇ ਆਵੇ ਤਾਂ ਅਸੀਂ ਉਸ ਦੀਆਂ ਗੱਲਾਂ ਨੂੰ ਸਮਝ ਸਕਦੇ ਹਾਂ, ਅਸੀਂ ਉਸ ਦੀ ਪ੍ਰੇਰਣਾ, ਅਸੀਂ ਉਸ ਦੀ ਆਕਾਸ਼ਵਾਣੀ ਨਹੀਂ ਸਮਝ ਸਕਦੇ। ਹੁਣ ਅਸੀਂ ਦੋ ਬੈਠੇ ਹਾਂ, ਮੈਂ ਤੁਹਾਨੂੰ ਉਧਰ ਇੱਕ ਇਸ਼ਾਰਾ ਕਰਦੀ ਹਾਂ, ਬੋਲਦੀ ਨਹੀਂ, ਤੁਸੀਂ ਸੋਚੋ ਕਿ ਪਤਾ ਨਹੀਂ ਕਿਸ ਚੀਜ਼ ਨੂੰ ਇਸ਼ਾਰਾ ਕੀਤਾ, ਕੱਪੜੇ ਨੂੰ ਹੈ ਕਿ ਟੇਬਲ ਨੂੰ ਹੈ ਕਿ ਕਾਪੀ ਚਾਹੀਦੀ ਹੈ ਕਿ ਪੈਨ ਚਾਹੀਦਾ? ਇਨਸਾਨ ਇਨਸਾਨ ਦਾ ਇਸ਼ਾਰਾ ਨਹੀਂ ਸਮਝ ਸਕਦਾ, ਤੇ ਰੱਬ ਜਿਹੜਾ ਇੰਨਾ ਸੁਪਰੀਮ ਹੈ ਉਸਦਾ ਇਸ਼ਾਰਾ ਕਿੱਦਾਂ ਸਮਝੇਗਾ? ਬਿਲਕੁਲ, ਇਸ ਲਈ ਪਰਮਾਤਮਾ ਜਦੋਂ ਇਸ ਜ਼ਮੀਨ ਤੇ ਆਉਂਦਾ ਹੈ ਉਹ ਕਿਸੇ ਇਨਸਾਨ ਦਾ ਆਧਾਰ ਲੈਂਦਾ ਹੈ। ਲੇਕਿਨ ਇੱਕ ਗੱਲ, ਪਰਮਾਤਮਾ ਕੌਣ ਹੈ? ਜਿਹੜਾ ਅਜਨਮਾ ਹੈ, ਅਕਰਤਾ ਹੈ, ਅਭੋਗਤਾ ਹੈ। ਬਿਲਕੁਲ, ਉਹ ਸਾਡੇ ਔਰ ਤੁਹਾਡੀ ਤਰ੍ਹਾਂ ਜਨਮ ਨਹੀਂ ਲੈਂਦਾ, ਲੇਕਿਨ ਪਰ ਕਾਇਆ ਪ੍ਰਵੇਸ਼ ਕਰਦਾ ਹੈ। ਗੀਤਾ ਚ ਵੀ ਹੈ, ਹੇ ਅਰਜੁਨ ਮੈਂ ਪਰ ਕਾਇਆ ਪ੍ਰਵੇਸ਼ ਕਰ ਗਿਆਨ ਦਿੱਤਾ। ਇਹਦਾ ਕੀ ਸਬੂਤ ਹੈ ਕਿ ਵਾਕਈ ਹੀ ਪਰਮਾਤਮਾ ਜਿਹੜਾ ਹੈ ਉਹ ਇੱਥੇ ਆਉਂਦਾ ਤੇ ਆਧਾਰ ਲੈ ਕੇ ਸਾਨੂੰ ਬੋਲਦਾ? ਅੱਧੀ ਦੁਨੀਆ ਤਾਂ ਇਸ ਗੱਲ ਨੂੰ ਮੰਨ ਕੇ ਹੀ ਨਹੀਂ ਰਾਜੀ ਕਿ ਪਰਮਾਤਮਾ ਨੂੰ ਆਧਾਰ ਲੈਣ ਦੀ ਕੀ ਲੋੜ ਹੈ। ਦੁਨੀਆ ਮੰਨੇ ਜਾਂ ਨਾ ਮੰਨੇ, ਇੱਕ ਗੱਲ ਤੁਸੀਂ ਇਹ ਵੀ ਸਮਝ ਲਓ, ਸਾਰੇ ਲੋਕੀ ਡਾਕਟਰ ਨਹੀਂ ਬਣਦੇ, ਸਾਰੇ ਲੋਕੀ ਇੰਜੀਨੀਅਰ ਨਹੀਂ ਬਣਦੇ, ਸਾਰੇ ਲੋਕੀ ਵਪਾਰੀ ਨਹੀਂ ਬਣਦੇ, ਸਾਰੇ ਲੋਕੀ ਟੀਚਰ ਨਹੀਂ ਬਣਦੇ, ਸਾਰੇ ਲੋਕੀ ਜੱਜ ਨਹੀਂ ਬਣਦੇ, ਸਾਰੇ ਲੋਕੀ ਵਕੀਲ ਨਹੀਂ ਬਣਦੇ। ਥੋੜੇ ਜਿਹੇ ਲੋਕ ਕੋਈ ਇੱਕ ਪ੍ਰੋਫੈਸ਼ਨ ਸਿੱਖ ਲੈਂਦੇ ਆ ਔਰ ਉਹ ਸਾਰਾ ਸਮਾਜ ਦਾ, ਦੁਨੀਆਂ ਦਾ ਕਲਿਆਣ ਕਰਦੇ ਰਹਿੰਦੇ ਆ। ਇਹ ਕਲਯੁਗੀ ਦੁਨੀਆਂ ਚ ਜਿਹੜੀ ਇੰਨੀ ਇਸ ਟਾਈਮ ਤੇ ਪਾਪੂਲੇਸ਼ਨ ਹੈ,
ਇਹ ਸਾਰੇ ਕੋਈ ਰਾਜ ਯੋਗੀ ਨਹੀਂ ਬਣਨਗੇ, ਇਹ ਸਾਰੇ ਕੋਈ ਪਰਮਾਤਮਾ ਨੂੰ ਯਾਦ ਨਹੀਂ ਕਰਨਗੇ। ਕਦੀ ਤੁਸੀਂ ਇਸ ਭੁਲੇਖੇ ਚ ਰਹਿ ਜਾਓ, ਮੈਂ ਤੇ ਆ ਗਈ, ਇਹ ਮੇਰਾ ਪੜੋਸੀ, ਇਹ ਮੇਰਾ ਭਰਾ, ਇਹ ਮੇਰਾ ਮਾਮਾ, ਇਹ ਮੇਰਾ ਚਾਚਾ, ਇਹ ਤੇ ਮੰਨਦਾ ਹੀ ਨਹੀਂ, ਕੋਈ ਨਹੀਂ ਮੰਨੇਗਾ। ਜੇ ਤੁਸੀਂ ਵੀ ਇਸ ਗੱਲ ਨੂੰ ਸਮਝ ਜਾਓ ਤਾਂ ਤੁਸੀਂ ਲੱਕੀ ਹੋ। ਸੱਤਿਆ ਨਾਰਾਇਣ ਦੀ ਕਥਾ ਚ ਕਿਹਾ ਗਿਆ ਹੈ, ਬੂੜਾ ਬ੍ਰਾਹਮਣ ਬਣਕਰ ਆਇਓ ਕੰਚਨ ਮਹਿਲ ਕੀਓ। ਪਰਮਾਤਮਾ ਮਨੁਸ਼ਯ ਤਨ ਵਿੱਚ ਪ੍ਰਵੇਸ਼ ਕਰਦਾ ਹੈ ਔਰ ਫਿਰ ਉਸਦੇ ਮੁਖ ਦੁਆਰਾ ਵਾਣੀ ਉਚਾਰਨ ਕਰਦਾ ਹੈ। ਇਸ ਦੇ ਲਈ ਮੈਂ ਤੁਹਾਨੂੰ ਜਿਹੜੀ ਇੱਕ ਗੱਲ ਪਹਿਲੇ ਪੱਕੀ ਕੀਤੀ, ਉਹ ਅਜਨਮਾ ਹੈ, ਜਨਮ ਨਹੀਂ ਲਏਗਾ, ਪ੍ਰਵੇਸ਼ ਕਰਕੇ ਬੋਲਣਾ ਸ਼ੁਰੂ ਕਰ ਦੇਗਾ। ਬਿਲਕੁਲ, ਇਸ ਦੇ ਵਿੱਚ ਆਏਗਾ ਕੋਈ ਵੀ ਇੱਕ ਮਨੁਸ਼ਯ ਚਾਹੇਗਾ। ਅਸੀਂ ਇਹ ਪ੍ਰਸ਼ਨ ਨਹੀਂ ਕਰ ਸਕਦੇ ਇਹਦੇ ਚ ਕਿਉਂ ਆਇਆ, ਇਹਦੇ ਚ ਕਿਉਂ ਨਹੀਂ ਆਇਆ, ਉਹ ਤਾਂ ਇੱਕ ਹੈ, ਇੱਕ ਵਿੱਚ ਹੀ ਆਏਗਾ। ਜੇ ਮੇਰੇ ਚ ਆ ਜਾਏ ਤੁਸੀਂ ਕਹੋਗੇ ਕਿਉਂ, ਤੇਰੇ ਚ ਕਿਉਂ ਆਇਆ, ਅੱਛਾ ਚਲੋ ਤੁਹਾਡੇ ਚ ਆ ਜਾਂਦਾ, ਤੁਹਾਡੇ ਚ ਕਿਉਂ ਆਇਆ। ਪਰਮਾਤਮਾ ਇੱਕ ਹੈ, ਉਹ ਇੱਕ ਮਨੁਸ਼ਯ ਤਨ ਦਾ ਆਧਾਰ ਲੈਂਦਾ ਹੈ। ਤਾਂ ਪਰਮਾਤਮਾ ਹੁਣ ਇਸ ਜ਼ਮੀਨ ਤੇ ਆ ਚੁੱਕਿਆ ਹੈ ਔਰ ਪ੍ਰਜਾ ਪਿਤਾ ਬ੍ਰਹਮਾ ਦੁਆਰਾ ਸਭ ਨੂੰ ਗਿਆਨ ਔਰ ਯੋਗ ਸਿਖਾ ਰਿਹਾ ਹੈ। ਇਹ ਪ੍ਰਜਾ ਪਿਤਾ ਬ੍ਰਹਮਾ ਕੌਣ ਹੈ? ਸਿੰਧ ਹੈਦਰਾਬਾਦ ਚ ਇੱਕ ਵਪਾਰੀ ਸੀ ਜਿਨ੍ਹਾਂ ਦਾ ਨਾਂ ਸੀ ਦਾਦਾ ਲੇਖ ਰਾਜ, ਔਰ ਉਹ ਦਾਦਾ ਲੇਖ ਰਾਜ ਦਾ ਵਪਾਰ ਜਵੈਲਰ ਕਲਕੱਤੇ ਵਿੱਚ ਸੀ ਔਰ ਉਹ ਆਪਣੇ ਜੀਵਨ ਚ ਬਹੁਤ ਸੰਪੰਨ ਸੀ, ਰੱਬ ਨੂੰ ਯਾਦ ਕਰਦੇ ਸੀ ਔਰ ਗੀਤਾ ਪਾਠੀ ਸੀ। 1936-37 ਦੀ ਗੱਲ ਹੈ ਕਿ ਉਹਨਾਂ ਦੇ ਜੀਵਨ ਚ ਆਪਣੇ ਆਪ ਹੀ ਨੈਚੁਰਲ ਇੱਕ ਵੈਰਾਗ ਜਿਹਾ ਆਉਣ ਲੱਗਿਆ। ਉਹਨਾਂ ਨੂੰ ਖੁਦ ਵੀ ਸਮਝ ਨਹੀਂ ਆਇਆ ਇਹ ਕੀ ਹੋ ਰਿਹਾ ਹੈ। ਉਹ ਕਲਕੱਤੇ ਤੋਂ ਵਾਪਿਸ ਸਿੰਧ ਹੈਦਰਾਬਾਦ ਜਾ ਰਹੇ ਸੀ, ਬਨਾਰਸ ਚ ਆਪਣੇ ਇੱਕ ਦੋਸਤ ਕੋਲ ਉਤਰ ਗਏ ਮਿਲਣ ਦੇ ਲਈ। ਲੇਕਿਨ ਉੱਥੇ ਬੈਠੇ ਬੈਠੇ ਉਹਨਾਂ ਨੇ ਜਦ ਸ਼ਾਮ ਦੇ ਵੇਲੇ ਰੱਬ ਨੂੰ ਯਾਦ ਕਰ ਰਹੇ ਸੀ, ਉਹਨਾਂ ਨੂੰ ਦੋ ਸਾਕਸ਼ਾਤਕਾਰ ਹੋਏ ਔਰ ਉਹ ਬੜੇ ਵੰਡਰਫੁਲ ਸੀ। 1936-37 ਚ ਪਹਿਲਾ ਸਾਕਸ਼ਾਤਕਾਰ ਉਹਨਾਂ ਨੂੰ ਇਹ ਹੋਇਆ ਕਿ ਆਕਾਸ਼ ਤੋਂ ਅੱਗ ਵਰਸ ਰਹੀ ਹੈ, ਨੀਚੇ ਖੂਨ ਦੀਆਂ ਨਦੀਆਂ ਵਹਿ ਰਹੀਆਂ। ਅੱਛਾ, ਇਹੋ ਜਿਹਾ ਦ੍ਰਿਸ਼ ਦੇਖ ਕੇ ਉਹ ਤੇ ਘਬਰਾ ਗਏ ਕਿ ਮੈਂ ਤੇ ਰੱਬ ਨੂੰ ਯਾਦ ਕਰ ਰਿਹਾ ਸੀ, ਇਹ ਕੀ ਹੋ ਰਿਹਾ, ਹੇ ਰੱਬ ਮੇਰੀ ਕਿਹੜੀ ਗਲਤੀ ਹੋ ਗਈ, ਇਹ ਕਿਹੜਾ ਅਪਸ਼ਗਨ ਹੋ ਰਿਹਾ। ਤਾਂ ਉਹ ਇੰਨਾ ਡਰਾਵਣਾ ਦ੍ਰਿਸ਼ ਦੇਖ ਕੇ ਰੋਣ ਲੱਗ ਗਏ ਜ਼ੋਰ ਜ਼ੋਰ ਦੀ। ਫਿਰ ਥੋੜੀ ਦੇਰ ਬਾਅਦ ਹੀ ਉਹਨਾਂ ਨੇ ਇੱਕ ਬੜਾ ਸੁੰਦਰ ਦ੍ਰਿਸ਼ ਦੇਖਿਆ ਔਰ ਉਹ ਦ੍ਰਿਸ਼ ਇਹ ਸੀ ਕਿ ਆਕਾਸ਼ ਤੋਂ ਤਾਰੇ ਟੁੱਟ ਰਹੇ ਹੈ ਔਰ ਉਹ ਤਾਰੇ ਇਸ ਜ਼ਮੀਨ ਤੇ ਪਹੁੰਚਣ ਤੋਂ ਪਹਿਲੇ ਹੀ ਕੋਈ ਨਾ ਕੋਈ ਦੇਵੀ ਦੇਵਤਾ ਦਾ ਰੂਪ ਲੈ ਲੈਂਦੇ ਆ ਆਪਣੇ ਆਪ ਹੀ ਅੱਛਾ, ਔਰ ਉਹ ਆਪਸ ਵਿੱਚ ਮਿਲ ਕੇ ਰਾਸ ਕਰ ਰਹੇ ਹੈ, ਡਾਂਸ ਕਰ ਰਹੇ ਹੈ, ਖੇਲ ਰਹੇ ਹੈ ਔਰ ਬੜਾ ਹੀ ਜਿੰਨਾ ਉਹ ਡਰਾਵਣਾ ਸੀ ਦ੍ਰਿਸ਼ ਓਨਾ ਹੀ ਇਹ ਸੁੰਦਰ ਮਨ ਮੋਹਕ ਦ੍ਰਿਸ਼। ਅੱਛਾ, ਇਹ ਦੇਖ ਕੇ ਉਹ ਪੁਰਾਣਾ ਦ੍ਰਿਸ਼ ਭੁੱਲ ਗਏ ਔਰ ਉਹਨੂੰ ਦੇਖਣ ਲੱਗ ਗਏ ਔਰ ਉਸ ਟਾਈਮ ਉਹਨਾਂ ਨੂੰ ਇਹ ਮਹਿਸੂਸ ਹੋਇਆ ਕਿ ਕੋਈ ਕਹਿ ਰਿਹਾ ਹੈ ਕਿ ਤੈਨੂੰ ਇਹੋ ਜਿਹੀ ਦੁਨੀਆ ਬਣਾਉਣੀ ਹੈ। ਅੱਛਾ, ਔਰ ਜਦੋਂ ਉਹ ਥੋੜਾ ਆਪਣੇ ਉਹ ਸਾਰੇ ਦ੍ਰਿਸ਼ ਪੂਰੇ ਹੋ ਗਏ ਉਸ ਚਾਹੇ, ਉਹਨਾਂ ਨੇ ਕਿਹਾ ਦੁਨੀਆ ਬਣਾਉਣੀ ਹੈ, ਇਨਸਾਨ ਇੱਕ ਆਪਣਾ ਘਰ ਬਣਾ ਲੇ ਤੇ ਬੜੀ ਗੱਲ ਹੈ, ਦੁਨੀਆ ਤਾਂ ਬਹੁਤ ਵੱਡੀ ਗੱਲ ਹੈ। ਤਾਂ ਇਹ ਤਾਂ ਇੱਕ ਲੰਬੀ ਕਹਾਣੀ ਹੈ। ਫਿਰ ਇਸ ਤੋਂ ਬਾਅਦ ਉਹਨਾਂ ਨੂੰ ਆਪਣੇ ਬਿਜ਼ਨਸ ਵਿੱਚ ਵੈਰਾਗ ਆਇਆ ਔਰ ਉਹ ਸਿੰਧ ਹੈਦਰਾਬਾਦ ਚਲੇ ਗਏ ਔਰ ਉਸ ਤੋਂ ਬਾਅਦ ਉਹਨਾਂ ਦੇ ਜੀਵਨ 'ਚ ਟੋਟਲ ਇੱਕ ਚੇਂਜ ਆ ਗਿਆ। ਉਹ ਆਪਣੇ ਘਰ ਹੀ ਰਹਿੰਦੇ ਸੀ ਆਪਣੀ ਫੈਮਿਲੀ ਨਾਲ ਔਰ ਗੀਤਾ ਪਾਠ ਕਰਦੇ ਸੀ, ਔਰ ਜਿੱਦਾਂ ਸਾਡੇ ਘਰਾਂ 'ਚ ਹੁੰਦਾ ਇੱਕ ਦੇ ਘਰ ਪਾਠ ਹੋਏ ਤੇ ਸਾਰੇ ਲੋਕੀ ਆਸ ਪਾਸ ਵਾਲੇ ਆ ਜਾਂਦੇ ਆ। ਗੀਤਾ ਪੜ੍ਹਦੇ ਸੀ ਤੇ ਸਾਰਿਆਂ 'ਚ ਹੋ ਗਿਆ ਕਿ ਦਾਦਾ ਲੇਖਰਾਜ ਬਹੁਤ ਅੱਛੀ ਗੀਤਾ ਸੁਣਾਤੇ ਹੈ। ਤਾਂ ਉਹ ਗੀਤਾ ਸੁਣਨ ਲਈ ਲੋਕੀ ਉਹਨਾਂ ਦੇ ਘਰ ਜਾਣ ਲੱਗ ਗਏ ਕਿ ਇਹ ਇੱਕ ਨਿਆ ਹੀ ਅਰਥ ਸੁਣਾਉਂਦੇ ਹਨ, ਇਹ ਇੱਕ ਨਿਆ ਅਰਥ ਸੁਣਾਉਂਦੇ ਹੈ। ਔਰ ਗੀਤਾ ਪੜ੍ਹ ਕੇ ਫਿਰ ਦਾਦਾ ਲੇਖਰਾਜ ਉਸ ਟਾਈਮ ਓਮ ਦੀ ਧਵਨੀ ਲਗਾਉਂਦੇ ਸੀ, ਬਹੁਤ ਉੱਚਾ ਓਮ ਉਚਾਰਨ ਹੁੰਦਾ ਸੀ। ਤਾਂ ਉਹਦਾ ਨਾਂ ਹੀ ਬਲਕਿ ਓਮ ਮੰਡਲੀ ਪੈ ਗਿਆ ਔਰ ਓਮ ਮੰਡਲੀ ਵਿੱਚ ਦਾਦਾ ਲੇਖ ਰਾਜ ਦੇ ਦੁਆਰਾ ਜਦੋਂ ਓਮ ਧਵਨੀ ਲੱਗਦੀ ਸੀ ਤੇ ਜਿਹੜੇ ਹੋਰ ਬੈਠੇ ਹੋਈ ਸੰਗਤਾਂ ਹੁੰਦੀਆਂ ਸੀ ਉਹ ਵੀ ਕਿਸੇ ਨਾ ਕਿਸੇ ਆਪਣੇ ਇੱਕ ਤਰੀਕੇ ਦੀ ਡਿਵਾਈਨ ਫੀਲਿੰਗਸ ਵਿੱਚ ਚਲੇ ਜਾਂਦੇ ਸੀ ਔਰ ਕਈਆਂ ਨੂੰ ਏਦਾਂ ਲੱਗਦਾ ਸੀ ਕਿ ਜਿੱਦਾਂ ਸਾਡੇ ਸਾਹਮਣੇ ਸ਼੍ਰੀ ਕ੍ਰਿਸ਼ਨ ਹੈ, ਅੱਛਾ ਸਾਡੇ ਸਾਹਮਣੇ ਕੋਈ ਦੇਵੀ ਹੈ, ਕੋਈ ਦੇਵਤਾ ਹੈ ਔਰ ਉਹਦੇ ਚ ਮਸਤ ਹੋ ਜਾਂਦੇ ਸੀ। ਮਤਲਬ ਇੰਨਾ ਨਸ਼ਾ, ਰੂਹਾਨੀ ਨਸ਼ਾ ਚੜ੍ਹ ਜਾਣਾ ਜਿਹਨੂੰ ਕਹਿੰਦੇ ਆ।
ਉਹਨਾਂ ਨੂੰ ਨਾਮ ਖੁਮਾਰੀ ਚੜ ਜਾਂਦੀ ਜਿਹੜਾ 2-3 ਘੰਟੇ ਏਦਾਂ ਬੈਠੇ ਰਹਿੰਦੇ ਲੋਕੀ ਦੇਖਦੇ ਰਹੇ। ਤਾਂ ਇਹ ਇੱਕ ਬੜੀ ਲੰਬੀ ਕਹਾਣੀ ਹੈ ਕਿੱਦਾਂ ਇਹ ਬ੍ਰਹਮਾ ਕੁਮਾਰੀ ਦੀ ਸ਼ੁਰੂ ਸ਼ੁਰੂ ਵਿੱਚ ਐਸਟੈਬਲਿਸ਼ਮੈਂਟ ਹੋਈ ਹੈ। ਅਸਲ 'ਚ ਧਰਮ ਦਾ ਅਰਥ ਕੀ ਹੈ? ਧਰਮ ਦਾ ਮਤਲਬ ਹੈ ਧਾਰਨਾ, ਪ੍ਰਿੰਸੀਪਲਸ ਆਫ ਲਾਈਫ। ਜਿੱਦਾਂ ਕੋਈ ਝੂਠ ਬੋਲਦਾ ਹੈ, ਕਹਿੰਦੇ ਆ ਵਿਸ਼ਵਾਸ ਨਾ ਕਰਨਾ, ਇਹਦਾ ਤਾਂ ਧਰਮ ਹੈ ਝੂਠ ਬੋਲਣਾ। ਬਿਲਕੁਲ। ਜੇ ਕੋਈ ਸੱਚਾ ਬੰਦਾ ਹੈ, ਕਹਿੰਦੇ ਇਹੋ ਜਿਹਾ ਬੰਦਾ, ਇਹਨੂੰ ਕੌਣ ਰੋਕ ਸਕਦਾ ਹੈ ਸੱਚ ਬੋਲਣ ਤੋਂ? ਹੁਣ ਤੁਸੀਂ ਮੈਨੂੰ ਦੱਸੋ, ਝੂਠ, ਸੱਚ, ਦਾਨ, ਪੁੰਨੇ ਕੋਈ ਧਰਮ ਹੈ? ਨਹੀਂ। ਦੈਟ ਇਜ਼ ਓਨਲੀ ਦਾ ਪ੍ਰਿੰਸੀਪਲ ਆਫ ਲਾਈਫ, ਵੈਲਿਊਜ਼। ਹਾਂ, ਬਿਲਕੁਲ। ਤੇ ਧਰਮ ਦਾ ਅਰਥ ਸਰੀਰ ਤੋਂ ਨਹੀਂ ਹੈ, ਮੈਂ ਸਿੱਖ ਹਾਂ ਜਾਂ ਮੈਂ ਜੈਨੀ ਹਾਂ ਜਾਂ ਮੈਂ ਬੋਧੀ ਹਾਂ, ਲੇਕਿਨ ਧਰਮ ਦਾ ਅਰਥ ਹੈ ਧਾਰਨਾ। ਮੇਰਾ ਨਿਯਮ, ਮੇਰੇ ਜ਼ਿੰਦਗੀ ਦਾ ਨਿਯਮ ਕੀ ਹੈ? ਇਸ ਕਰਕੇ ਮੈਂ ਕੌਣ ਹਾਂ, ਬ੍ਰਹਮਾ ਕੁਮਾਰੀ ਕੌਣ ਹੈ? ਉਹਨਾਂ ਦਾ ਇਹ ਵਿਸ਼ਵਾਸ ਹੈ ਕਿ ਇਹ ਸਰੀਰ ਵਿਨਾਸ਼ੀ ਹੈ, ਆਤਮਾ ਅਵਿਨਾਸ਼ੀ ਹੈ। ਆਤਮਾ ਦੇ ਨਾਤੇ ਅਸੀਂ ਸਾਰੇ ਭਾਈ ਭਾਈ ਹਾਂ। ਤੁਸੀਂ ਓਦਾਂ ਵੀ ਕਈ ਵਾਰ ਸੁਣਿਆ ਹੋਣਾ ਨਾਰਾ, ਹਿੰਦੂ ਚੀਨੀ ਭਾਈ ਭਾਈ। ਹਾਂ, ਬਿਲਕੁਲ। ਤੇ ਤੁਸੀਂ ਮੈਨੂੰ ਇੱਕ ਗੱਲ ਦੱਸੋ, ਫਿਰ ਭੈਣਾਂ ਕਿੱਥੇ ਗਈਆਂ? ਬਿਲਕੁਲ, ਭੈਣਾਂ ਕਿੱਥੇ ਗਈਆਂ? ਹਿੰਦੂ ਚੀਨੀ ਭਾਈ ਭਾਈ, ਭੈਣਾਂ ਕਿੱਥੇ ਗਈਆਂ? ਬਿਲਕੁਲ। ਤਾਂ ਇਹ ਐਕਚੁਅਲੀ ਸਪਿਰਿਚੁਅਲ ਗੱਲ ਹੈ, ਸਰੀਰ ਦੀ ਗੱਲ ਨਹੀਂ ਹੈ। ਲੇਕਿਨ ਆਤਮਾ ਦੇ ਨਾਤੇ ਅਸੀਂ ਇੱਕ ਪਰਮਾਤਮਾ ਦੀ ਸੰਤਾਨ ਹੋਣ ਕਾਰਨ ਆਪਸ ਚ ਪਾਈ ਪਾਈ ਆ। ਕਿਉਂਕਿ ਜਿਹੜੀ ਜੈਂਡਰ ਦੀ ਗੱਲ ਹੈ, ਇਹ ਆਤਮਾ ਚ ਤੇ ਕੋਈ ਜੈਂਡਰ ਹੀ ਨਹੀਂ, ਉਹ ਤਾਂ ਪੁਆਇੰਟ ਆਫ ਲਾਈਟ ਹੈ, ਉਹ ਤਾਂ ਪੁਆਇੰਟ ਆਫ ਲਾਈਟ ਹੈ, ਨੂਰ ਹੈ। ਬਿਲਕੁਲ। ਇਸ ਕਰਕੇ ਬ੍ਰਹਮਾ ਕੁਮਾਰੀਜ ਜਿਹੜੀਆਂ ਹੈ, ਉਹ ਦੇਹ ਦੇ ਧਰਮ ਨੂੰ ਨਹੀਂ ਮੰਨਦੀਆਂ, ਲੇਕਿਨ ਆਤਮਾ ਦੇ ਧਰਮ ਚ ਵਿਸ਼ਵਾਸ ਕਰਦੀਆਂ। ਉਹ ਇਹ ਕਹਿੰਦੀਆਂ, ਆਤਮਾ ਦਾ ਧਰਮ ਹੈ ਸ਼ਾਂਤੀ ਔਰ ਪਵਿੱਤਰਤਾ। ਓਮ ਸ਼ਾਂਤੀ ਜਿਹੜਾ ਹੈ ਉਹ ਉਚਾਰਨ ਕਰਦੇ। ਓਮ ਮਾਨਾ ਮੈਂ ਆਤਮਾ, ਸ਼ਾਂਤੀ ਮਾਨਾ ਸ਼ਾਂਤ ਸਵਰੂਪ। ਹੁਣ ਸਮਝੋ ਤੁਹਾਡਾ ਮੂਡ ਖਰਾਬ ਹੈ, ਤੁਸੀਂ ਬੜੇ ਗੁੱਸੇ ਚ, ਮੈਂ ਆਈ, ਮੈਂ ਕਹਾਂਗੀ ਜੀ ਓਮ ਸ਼ਾਂਤੀ, ਤੁਹਾਡਾ ਮੂਡ ਇਕਦਮ ਬਦਲ ਜਾਏਗਾ, ਇੱਕ ਬ੍ਰੇਕ ਜਿਹੀ ਲੱਗ ਜਾਏਗੀ। ਹਾਂ, ਮੈਂ ਕੀ ਕਰਦੀ ਪਈ ਹਾਂ, ਹਾਂ ਮੈਂ ਤਾਂ ਹੂੰ ਹੀ ਸ਼ਾਂਤ ਸਰੂਪ, ਤੇ ਮੈਂ ਕੀ ਕਰਦੀ ਪਈ, ਮੈਂ ਕੀ ਕਰਦੀ ਪਈ। ਬਿਲਕੁਲ ਸਹੀ ਗੱਲ। ਤੇ ਇਸ ਕਰਕੇ ਅਸੀਂ ਆਤਮਾ ਦੇ ਧਰਮ ਨੂੰ ਹੀ ਪਹਿਚਾਨਣਾ ਹੈ, ਜਿਹੜਾ ਸਾਡਾ ਮੂਲ ਧਰਮ ਹੈ। ਤੇ ਮੈਂ ਆਤਮਾ ਉਸ ਪਰਮਾਤਮਾ ਦੀ ਸੰਤਾਨ ਹੈ। ਤੇ ਪਰਮਾਤਮਾ ਜਿਹੜਾ ਤੁਸੀਂ ਕਹਿ ਰਹੇ ਸੀ, ਪਰਮਾਤਮਾ ਦੇ ਇੰਨੇ ਨਾਂ ਕਿਉਂ ਹੈ? ਕਿਉਂਕਿ ਪਰਮਾਤਮਾ ਦਾ ਨਾਮ ਗੁਣ ਵਾਚਕ ਹੈ, ਕਰਤੱਵਯ ਵਾਚਕ ਹੈ। ਪਰਮਾਤਮਾ ਨੂੰ ਕਹਿੰਦੇ ਵਿਸ਼ਵਨਾਥ, ਵਿਸ਼ਵਨਾਥ ਸਾਰੇ ਵਿਸ਼ਵ ਦਾ ਮਾਲਿਕ ਹੈ, ਇਸ ਕਰਕੇ ਵਿਸ਼ਵਨਾਥ ਹੈ। ਸਾਨੂੰ ਆ ਕੇ ਸਾਰੇ ਬੰਧਨਾਂ ਤੋਂ ਛੁਡਾ ਦਿੰਦਾ, ਇਸ ਲਈ ਪਸ਼ੂਪਤੀ ਨਾਥ ਹੈ। ਤੇ ਦੀਦੀ, ਵਾਕਈ ਇਹੋ ਜਿਹੀਆਂ ਗੱਲਾਂ ਪਤਾ ਚੱਲੀਆਂ, ਔਰ ਮੈਨੂੰ ਲੱਗਦਾ ਸਾਡੇ ਦਰਸ਼ਕਾਂ ਦੇ ਵੀ ਕਾਫੀ ਭ੍ਰਾਂਤੀਆਂ ਇਸ ਰੱਬ ਨੂੰ ਲੈ ਕੇ, ਵੀ ਰੱਬ ਰਹਿੰਦਾ ਕਿੱਥੇ ਹੈ, ਉਹਦੇ ਅਲੱਗ ਅਲੱਗ ਨਾਮ ਕੀ ਨੇ, ਇਹ ਤੁਸੀਂ ਸਾਰੇ ਅੱਜ ਭ੍ਰਾਂਤੀਆਂ ਤੁਸੀਂ ਮਿਟਾਤੀਆਂ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਓਮ ਸ਼ਾਂਤੀ। ਤੇ ਦਰਸ਼ਕੋ, ਅੱਜ ਅਸੀਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਮਹਿਸੂਸ ਕਰ ਰਹੇ ਹਾਂ ਕਿ ਸਾਨੂੰ ਅੱਜ ਦੀਦੀ ਨੇ ਰੱਬ ਦਾ ਸਹੀ ਪਰਿਚੇ ਦਿੱਤਾ, ਨਾਲ ਹੀ ਸਾਨੂੰ ਦੱਸਤਾ ਵੀ ਰੱਬ ਕਿੱਥੇ ਰਹਿੰਦਾ। ਤੇ ਹੋਰ ਇੱਕ ਖੁਸ਼ਖਬਰੀ ਤੇ ਇਹ ਮਿਲੀ ਕਿ ਰੱਬ ਇਸ ਦੁਨੀਆਂ ਦੇ ਵਿੱਚ ਆ ਚੁੱਕਿਆ, ਤੇ ਅਸੀਂ ਕਿਉਂ ਨਾ ਥੋੜੇ ਜਿਹਾ ਪ੍ਰਯਾਸ ਕਰਕੇ ਉਹਦੇ ਪਿਆਰ ਨੂੰ, ਜਿੰਨੇ ਜਨਮਾਂ ਤੋਂ ਅਸੀਂ ਤਰਸੇ ਬੈਠੇ ਹਾਂ, ਉਹਨੂੰ ਮਿਲਣ ਵਾਸਤੇ ਕੋਈ ਨਾ ਕੋਈ ਐਫਰਟਸ ਕਰੀਏ। ਤੇ ਅਗਲੀ ਕੜੀ ਦੇ ਵਿੱਚ ਫਿਰ ਜੁੜਾਂਗੇ ਤੁਹਾਡੇ ਨਾਲ। ਤਾਂ ਤੱਕ ਦੇ ਵਾਸਤੇ ਓਮ ਸ਼ਾਂਤੀ। ਆਪਣੇ ਸੁਝਾਵ ਦੇਣ ਤੇ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਗੋਲਡੀਵੁੱਡ ਸਟੂਡੀਓ, ਸ਼ਾਂਤੀਵਨ, ਮੋਬਾਈਲ ਨੰਬਰ 8094994487, ਈਮੇਲ punjabi.gws@gmail.com। ਹੁੰਦੀ ਜਦੋਂ ਧਰਮ ਦੀ ਹਾਨੀ, ਲੰਘ ਜਾਂਦਾ ਸਿਰ ਉੱਤੋਂ ਪਾਣੀ, ਨਿਰਾਕਾਰ ਆਕੇ ਸਾਕਾਰ, ਸੁਣਾਉਂਦੇ ਹਨ ਤੁਰਕੀ ਬਾਣੀ, ਸੁਣਾਉਂਦੇ ਹਨ ਤੁਰਕੀ ਬਾਣੀ। ਮਿਲ ਲੋ, ਆਓ ਮਿਲ ਲੋ, ਸ਼ਿ
धरती ते आए, आओ मिल लो शिव धरती ते आए। मिठे मिठे बच्चे आओ मेरे बच्चे, कह सबनू बुलाए, आओ मिल लो शिव धरती ते आए, आओ मिल लो शिव धरती ते आए। जदों पैंदा पृथ्वी ते पापियां दा पारे, उदों लैंदे धरती ते शिव अवतारे, जदों पैंदा पृथ्वी ते पापियां दा पारे, उदों लैंदे धरती ते प्रभु अवतारे, प्रभु अवतारे। कीता वादा फिर तो, कीता वादा फिर तो निभान ले आए, आओ मिल लो, ओ आओ मिल लो शिव धरती ते आए, आओ मिल लो प्रभु धरती ते आए।